ਬੜੀ ਮਿਹਰਬਾਨੀ ਜਗਿਆ, ਤੇਰੀ ਬੜੀ ਮਿਹਰਬਾਨੀ। ਦੋਸਤਾ ਗੱਲ ਇਹ ਹੈ, ਅੱਡੇ ਤੂੰ ਲਿਆ ਕੇ ਮੈਂ ਤੇਰੇ ਆਬੂ ਹੈ ਗਿਆ ਤੇ ਛੱਡ ਦਿੱਤਾ। ਵੈਸੇ ਮੈਨੂੰ ਇੱਕ ਗੱਲ ਤਾਂ ਦੱਸ, ਤੂੰ ਇੰਨੇ ਦੇ ਰਿਹਾ ਕਿੱਥੇ? ਓਏ ਨਾ ਪੁੱਛ, ਇਸ਼ਕ ਦੀ ਦਾਸਤਾਨ ਤੇ ਤੂੰ ਹੀ ਦਾਸਤਾਨ। ਮੈਂ ਲਾਹੌਰ ਸ਼ਹਿਰ ਵਿੱਚ ਗਿਆ ਉੱਥੇ ਕੰਮ ਕਰਨ ਵਾਸਤੇ। ਓਏ ਉਹ ਤਾਂ ਸਾਨੂੰ ਵੀ ਪਤਾ, ਤੂੰ ਲਾਹੌਰ ਕਮਾਈ ਕਰਨ ਵਾਸਤੇ ਗਿਆ ਹੈ, ਉਹ 6 ਮਹੀਨੇ ਲਾ ਆਇਆ, ਤੇਰੇ ਹੱਥ 'ਚ ਤਾਂ ਸ਼ੈ ਕੋਈ ਨਹੀਂ। ਓਏ ਸ਼ੈ ਮੈਂ ਕੀ ਕਮਾ ਕੇ ਲੈ ਆਵਾਂ? ਉੱਥੇ ਮੈਂ ਜਿੱਥੇ ਕੰਮ ਕਰਦਾ ਸੀ ਸਾਹਮਣੇ ਘਰ ਦੇ ਵਿੱਚ ਕੋਠੀ ਦੇ ਵਿੱਚ ਇੱਕ ਲੜਕੀ ਕੰਮ ਕਰਦੀ ਆਈ, ਬੜੀ ਸੋਹਣੀ ਤੇ ਖੂਬਸੂਰਤ ਆਈ। ਮੈਨੂੰ ਉਹਦੇ ਨਾਲ ਇਸ਼ਕ ਹੋ ਗਿਆ, ਉਹਨੂੰ ਮੇਰੇ ਨਾਲ ਇਸ਼ਕ ਹੋ ਗਿਆ, ਸਾਡੇ ਇਸ਼ਕ ਦੀਆਂ ਪੀਂਘਾਂ ਚੜਨ ਲੱਗ ਪਈਆਂ। ਉਹ ਮੇਰੇ ਕੋਲ ਮਾਲ ਖਾਂਦੀ ਰਹੀ ਤੇ ਮੈਂ ਖਵਾਉਂਦਾ ਰਿਹਾ। ਉਹ ਤਾਂ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਸ਼ਾਦੀ ਸ਼ੁਦਾ ਹੈ। ਉਹ ਦੁਖਿਆ ਰਿਹਾ, ਇਸ ਗੱਲ ਦਾ ਸੁਗਰੀ ਨੂੰ ਪਤਾ ਹੈ? ਸੁਗਰੀ ਨੂੰ ਇਸ ਗੱਲ ਦਾ ਪਤਾ ਹੈ ਕਿ ਮੈਂ ਉੱਥੇ ਕਿਸੇ ਨਾਲ ਇਸ਼ਕ ਕਰਨਾ। ਮੈਂ ਉਹਨੂੰ ਟੈਲੀਫੋਨ 'ਚ ਕਈ ਵਾਰੀ ਆਖਿਆ, ਮੈਂ ਜਦੋਂ ਹੀ ਆਇਆ ਆਉਂਦਿਆਂ ਤੈਨੂੰ ਤਲਾਕ ਦੇ ਦੇਣੀ ਹੈ। ਹੁਣ ਜਦੋਂ ਮੇਰੇ ਦਿਲ ਨੂੰ ਤਾਂ ਸੱਟ ਲੱਗ ਗਈ, ਹੁਣ ਮੈਂ ਸੁਗਰੀ ਨੂੰ ਤਲਾਕ ਨਹੀਂ ਦਿੰਦਾ। ਇਹ ਹੀ ਗੱਲ ਹੈ ਨਾ, ਤਾਂ ਫਿਰ ਜਾ ਮੇਰਾ ਬੱਚਾ ਤੇ ਪਿਓ ਕੋਲ ਖੱਲੇ ਖਾ, ਤੇਰਾ ਖੱਲਿਆਂ ਦਾ ਟਾਈਮ ਹੋ ਗਿਆ। ਮੇਰੇ ਪਿਓ ਨੇ ਕਿਹੜਾ ਮੈਨੂੰ ਪਹਿਲੀ ਵਾਰੀ ਖੱਲੇ ਮਾਰਨ, ਕੋਈ ਗੱਲ ਨਹੀਂ ਖਾ ਲਵਾਂਗੇ। ਤੇ ਚਲੋ ਠੀਕ ਹੈ, ਮੁੜ ਜਾ, ਸਾਰੇ ਪਿੰਡਾਂ ਦਾ ਪਤਾ ਤੂੰ ਪਹਿਲਾਂ ਦੇਹ ਦਾ ਲੇਤਰੀ ਹੈ। ਕਿਵੇਂ ਧੋਪੇ ਸੁੱਤਾ ਪਿਆ? ਸੁੱਤਾ ਨੀ ਮੈਂ, ਪੈ ਗਿਆ ਨਾ ਦਫਾ। ਤੇਰੇ ਚ ਅਕਲ ਮੌਤ ਨੀ ਹੈਗੀ? ਕੀ ਹੋਇਆ? ਆ ਸਰਾਂ ਜੀ ਵੜ ਕੇ ਤਾਂ ਸੜ ਦਿੱਤੀ, ਜੇ ਕੋਈ ਹਨੇਰੀ ਨੂਰੀ ਆਈ ਤਾਂ ਤੁੜ ਗਿਆ ਸੀ। ਉਹ ਬੜਾ ਛੰਡ ਕੇ ਤੈਨੂੰ ਬੜਾ ਵੇਚੀ ਆ ਪਈਆਂ ਨੂੰ। ਮੈਂ ਤਾਂ ਚਲੋ ਹਾਲ ਮੁਹਾਵਣ ਵਗ ਗਿਆ, ਮਗਰ ਤੂੰ ਇੰਨੇ ਜੋਗਾ ਹੀ ਨਹੀਂ ਹੈ ਵੀ ਇਹ ਕਾਰਡ ਲਵੇ। ਜਲਮ ਉਹ ਲੋਰੂ ਆਇਆ ਕਮਾਈ ਕਰਕੇ, ਉਹਨੂੰ ਲੈ ਕੇ ਉਹਨਾਂ ਦੇ ਗਾਰਾ ਛੱਡਿਆ। ਤੂੰ ਲੋਕਾਂ ਦੀਆਂ ਗੁਲਾਮੀਆਂ ਕਰਦਾ ਰਵੀ ਤੇ ਮੇਰਾ ਨਾ ਤੂੰ ਪਤਾ ਕਰ। ਓ ਯਾਰ ਗੁਲਾਮੀ ਵਾਲੀ ਕਿਹੜੀ ਗੱਲ ਹੈ, ਤੈਨੂੰ ਪਤਾ ਤੇ ਉਹ ਚਿੱਚੜ ਜਾਂ ਚੰਬੜ ਜਾਂਦਾ। ਉਹਨੇ ਆਖਾ ਮੈਨੂੰ ਘਰੇ ਛੱਡ ਤੇ ਉਸ ਤੋਂ ਬਾਅਦ ਜਿਹਦਾ ਮਰਦੀ ਚਲਾ। ਹੁਣ ਮੇਰੀ ਗੱਲ ਸੁਣ, ਰੁਪਈਆ ਮੈਨੂੰ ਦੇ 10,000। ਅੱਛਾ, ਮੈਨੂੰ ਲੋੜ ਹੈ ਤਾਂ 20-20 ਵੇਚ ਕੇ ਮੈਨੂੰ ਤੈਨੂੰ ਦੇਣਾ। ਮੈਂ ਲੋੜ ਕੇ ਹੀ ਯਾਰ, ਕੋਈ ਕੰਮ ਹੈਗਾ ਤੇ ਤੂੰ ਤਾਂ ਹੀ ਮੰਗਦਾ ਫਿਰ। ਐਸਾ ਆਲੂ ਨੂੰ ਆਣੇ ਤੇ ਫਸਲ ਗੜਨੀ ਹੈ ਗਲੀ। ਚਲੋ ਉਹ ਤੇ 10,000 ਰੁਪਈਆ ਤੂੰ ਲੈ ਲੈ ਮੇਰੇ ਕੋਲ ਸ਼ਾਮ ਨੂੰ। ਐਸਾ ਕੋਈ ਗੰਦਾ ਖਾਨਦਾਨ ਹੈ ਨਾ, ਮੈਂ ਪਤਾ ਨਹੀਂ ਕਦੋਂ ਦਾ ਇੱਥੇ ਡਿੱਗਿਆ ਤੇ ਬੇਹੋਸ਼ ਹੋਇਆ ਪਿਆ। ਹਾਲੇ ਤੇ ਮੈਨੂੰ ਕਿਸੇ ਆ ਕੇ ਉਠਾਇਆ ਨਹੀਂ, ਵੀ ਕੋਈ ਚਾਹ ਲਵੇ ਕੋਈ ਪਾਣੀ ਪਿਵਾ ਛੱਡੇ, ਮੈਨੂੰ ਹੋਸ਼ ਦਿਵਾਵੇ। ਮੈਂ ਬੇਹੋਸ਼ ਹੀ ਪਿਆ ਰਿਹਾ। ਮਿੱਟੀਆਂ ਵੀ ਲੱਗੀਆਂ ਹੋਈਆਂ ਜੀ ਸਭ ਤੋਂ। ਮੈਨੂੰ ਲੱਗਦਾ ਮੇਰੇ ਨਾਲ ਰੁੱਸੀ ਬੰਦੀ, ਮੈਨੂੰ ਵਹਿੰਦੀ ਨਹੀਂ ਪਈ। ਹਾਂ ਸੁਗਰਾ, ਕਿਵੇਂ ਮੈਂ ਸਦਿਆ ਏ? ਪੁੱਤ ਨਾ ਮੈਂ ਤੈਨੂੰ ਤਾਂ ਸਦਿਆ ਹੈਗਾ, 7-8 ਮਹੀਨੇ ਹੋਣ ਵਾਲੇ, ਰਮਜ਼ੀ ਮਰ ਗਿਆ ਤੇ ਸ਼ਾਦੀ ਤੇ ਮੇਰੀ ਅਗਾ ਹੋਣੀ ਹੈ, ਇੱਦਤ ਵੀ ਮੈਂ ਪੂਰੀ ਕਰ ਲਈ ਹੈਗੀ ਹੈ।
ਤੇ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂ, ਤੂੰ ਮੇਰੇ ਨਾਲ ਸ਼ਾਦੀ ਕਰ ਲਾ, ਤੂੰ ਵੀ ਆਖਰ ਸ਼ਾਦੀ ਕਰੀ ਤੇ ਮੈਂ ਤੇਰੀ ਬਰਜਾਈ ਹੈਗੀ ਆ ਤੇ ਘਰ ਦੇ ਘਰੇ ਰਹਿ ਜਾਸਾਂ। ਉਹ ਤਾਂ ਤੇਰੀ ਗੱਲ ਸਹੀ ਹੈ ਸੁਗਰਾ, ਪਰ ਲੋਕੀ ਕੀ ਆਖਣ ਮੈਂ ਬਰਜਾਈ ਨਾਲ ਨਿਕਾਹ ਕਰ ਲਿਆ ਸੋ। ਬੂਤ ਨਾ ਐਡਾ ਕੋਈ ਮਸਲਾ ਤੇ ਕੋਈ ਨਹੀਂ, ਲੋਕ ਕਰਦੇ ਰਹਿੰਦੇ ਹੈਗੇ ਜਿਨ੍ਹਾਂ ਦੇ ਬਰਾ ਮਰ ਜਾਵਣ ਅਗਲੇ ਬਰਜਾਈਆਂ ਨਾਲ ਕਰ ਲੈਂਦੇ ਹੈਗੇ ਨੇ, ਤੇ ਤੂੰ ਵੀ ਮੇਰੇ ਨਾਲ ਕਰ ਲਾ। ਉਹ ਬੇਵਕੂਫਾਨ ਨਹੀਂ ਹੋਈ ਖਲੋਤੀ ਹੈ, ਉਹ ਮੈਂ ਤੇਰੇ ਸਾਹਮਣੇ ਜਿੰਦਾ ਜਾਗਦਾ ਖਲੋਤਾ ਤਾਂ ਮੈਨੂੰ ਮਾਰੀ ਖਲੋਤੀ ਹੈ, ਤੇ ਆਹ ਦੇ ਰਿਸ਼ਤਿਆਂ ਦੀ ਗੱਲ ਲਗਾ ਟੋਰੀ ਖਲੋਤੀ ਹੈ। ਬੂਤਨਾ ਕੀ ਸੋਚ ਜਾਣਾ ਹੈ? ਸੋਚਣਾ ਮੈਂ ਵਾਸ ਨਾਲ, ਮੈਂ ਤਾਂ ਗੱਦੀ ਗੇੜੇ 'ਚ ਗਾਹ ਛੱਡੇ, ਬਰਲ ਮੋੜ ਵੀ ਮੈਨੂੰ ਥੋੜਾ ਜਿਹਾ ਟਾਈਮ ਦੇ, ਮੈਂ ਤੈਨੂੰ ਬਾਅਦ ਦੱਸ ਦੇਸਾਂ। ਟਾਈਮ ਮੈਂ ਕੋਈ ਨਹੀਂ ਦੇਵਣਾ ਹੈਗਾ, ਮੇਰੀ ਵਰਜਾਈ ਜਿਹੜੀ ਮੈਨੂੰ ਗੱਲਾਂ ਕਰਦੀ ਹੈਗੀ, ਉਹਦੇ ਬਰਾ ਦੀ ਸਵਾਣੀ ਮਾਰ ਗਈ ਤੇ ਉਹਦੇ ਦੋ ਬੱਚੇ ਵੀ ਹੈਗੇ, ਤੂੰ ਆਂਦੀ ਤੂੰ ਉਹਦੇ ਨਾਲ ਸ਼ਾਦੀ ਕਰ ਲੈ ਤੇ ਮੇਰਾ ਦਿਲ ਉਹਦੇ ਕੋਈ ਨਹੀਂ ਹੈਗਾ, ਮੈਂ ਨਹੀਂ, ਮੈਂ ਇਸੇ ਘਰ ਦੇ ਵਿੱਚ ਰਹਿ ਜਾਵਾਂ, ਤੁਹਾਡੇ ਨਾਲ ਮੇਰੀ ਵਾਹਵਾ ਬਣੀ ਹੋਈ ਹੈ। ਚਲੋ ਤੇ ਤੇਰੀ ਗੱਲ ਠੀਕ ਹੈ, ਪਰ ਲੋਕਾਂ ਦੇ ਮੂੰਹ ਨਹੀਂ ਡੱਕੇ ਜਾਵਣੇ ਸੁਗਰਾ, ਉਹ ਮੈਨੂੰ ਇਹੋ ਗੱਲ ਕਰੇ ਸਨ, ਬਾਹਰ ਉਹਨੂੰ ਰਿਸ਼ਤਾ ਕਿਤੋਂ ਲੱਭਾ ਨਾ, ਵਰਜਾਈ ਨਾਲ ਨਿਕਾਹ ਠੋਕ ਵਗਾਇਓ। ਆਪਾਂ ਕਿਹੜੀ ਖੁਸ਼ੀ ਤੂੰ ਕਰਨੀ ਹੈਗੀ, ਇਹ ਜਿਨ੍ਹਾਂ ਦੀ ਸਵਾਣੀਆਂ ਮਰ ਜਾਂਦੀਆਂ ਹੈਗੀਆਂ ਤਾਂ ਉਹ ਅਗਾ ਨਹੀਂ ਕਰ ਲੈਂਦੇ ਸਾਲੀਆਂ ਨਾਲ, ਤੇ ਮੇਰਾ ਹੁਣ ਸਾਈ ਮਾਰ ਗਿਆ ਤੇ ਤੂੰ ਮੇਰੇ ਨਾਲ ਕਰ ਲਾ। ਖੱਚਰ ਤੇ ਮੂੰਹ ਵਾਲਿਆ, ਮੈਂ ਸਾਰੀ ਜ਼ਿੰਦਗੀ ਤੈਨੂੰ ਖੱਚ ਹੀ ਸਮਝਦਾ ਰਿਹਾ, ਲੇਕਿਨ ਅੱਜ ਤੂੰ ਬੜੀ ਸਿਆਣੀ ਗੱਲ ਕੀਤੀ ਔਰ ਪਤੇ ਦੀ ਗੱਲ ਕੀਤੀ ਹੈ, ਇੱਥੇ ਮੇਰੇ ਲਈ ਤੂੰ ਅੱਜੋ ਕਰ ਖੱਚਰ ਸਾਹਿਬ, ਮੈਂ ਤੇਰੀ ਤਾਰੀਫ ਕਰਦਾ ਪਿਆ ਜ਼ਿੰਦਗੀ 'ਚ ਪਹਿਲੀ ਵਾਰੀ। ਬੂਤਨਾ ਜ਼ਿਆਦਾ ਨਾ ਸੋਚ, ਬਸ ਹਾਂ ਕਰ। ਹਾਂ ਤਾਂ ਮੈਂ ਕਰ ਲੈਣਾ, ਪਰ ਮੈਂ ਅੱਬੇ ਨਾਲ ਸਲਾਹ ਮਸ਼ਵਰਾ ਕਰ ਲਵਾਂ ਬਾਅਦ, ਤੇ ਉਹ ਮੇਰੇ ਤੇ ਇਤਰਾਜ਼ ਨਾ ਕਰੇ। ਚਲੋ ਤੂੰ ਨਾਲ ਜਾ ਕੇ ਸਲਾਹ ਮਸ਼ਵਰਾ ਕਰ ਲੈ ਤੇ ਫਿਰ ਆ ਜਾਵੇਂ ਘਰੇ। ਠੀਕ ਹੋ ਗਏ। ਕਹਿੰਦੇ ਨਹੀਂ ਚੱਬਲਾ ਔਰਤ, ਨਹੀਂ ਤਾਂ ਮੈਂ ਤੇਰੇ ਦੰਦ ਬੰਨਦੇ ਸਾਂ, ਮੇਰੇ ਜਿੰਦੇ ਜੀ ਤੂੰ ਅਗਾ ਸ਼ਾਦੀਆਂ ਕਰਦੀ ਪਈ ਹੈ, ਤੇਰੇ ਜ਼ਰੀ ਵੀ ਗੈਰਤ ਕੋਈ ਨਹੀਂ ਹੈ, ਮੈਂ ਫਿਰਾਂ ਤੇਰੇ ਕੋਲ ਅਗਾ ਪਰਨਿੰਦੀ ਪਈ ਹੈ, ਮੇਰੇ ਵਿਰਾਹ ਨਾਲੋਂ ਵੀ ਖੱਸ ਗਈ, ਨਹੀਂ ਤਾਂ ਮੇਰਾ ਜੀ ਨਾ ਮਰਦਾ। ਮੈਨੂੰ ਕਿਹੜੀਆਂ ਮੁਸੀਬਤਾਂ ਨੂੰ ਪਾ ਗਿਆ, ਹੁਣ ਮੈਂ ਨਾ ਦੇ ਦੇਵਰ ਨਾਲ ਯਾਦੀ ਕਰਨੀ ਪਈ ਸੀ, ਮੇਰੇ ਕੋਲ ਮੁਲਕਾਂ ਦੀ ਗੱਲਾਂ ਨਹੀਂ ਸੁਣੀਆਂ ਜਾਂਦੀਆਂ, ਅੱਲਾ ਤਾਲਾ ਤੈਨੂੰ ਜੰਨਤ ਚ ਜਗ੍ਹਾ ਦੇਵੇ। ਉਹ ਖੱਜ ਜਾਈ ਆਸੇ ਪਾਸੇ ਤਾਂ ਵੇਖ ਲੈ, ਉਹ ਮੈਂ ਜਿੰਦਾ ਜਾਗਦਾ ਤੇਰੇ ਕੋਲ ਬੈਠਾ ਹਾਂ, ਮੈਨੂੰ ਮਾਰੀ ਖਲੋਤੀ ਹੈ। ਅਰੇ ਅੱਲਾ ਰਮਜ਼ੀ ਦੀ ਰੂਹ ਨੂੰ ਸਕੂਨ ਦੇਵੀ। ਨਹੀਂ ਨਹੀਂ ਮੈਂ ਚੰਗਾ ਭਲਾ ਜਿੰਦਾ ਜਾਗਦਾ ਬੈਠਾ, ਇਹ ਤਾਂ ਚਬਾਲ ਔਰਤ ਹੈ, ਚੱਲ ਕਿਤੇ ਹੋਰ ਤੇ ਜਾ ਕੇ ਪਤਾ ਕਰ ਤੂੰ ਮਰ ਗਿਆ ਕਿ ਜਿੰਦਾ। ਸ਼ੌਕੀ ਜਾਂਦਾ ਪਿਆ, ਸ਼ੌਕੀ ਕਾਲੀ ਕੁੱਤੀ ਕੌਕੀ ਕਿਤੇ ਜਾਂਦਾ ਪਿਆ, ਮੈਂ ਤੇਰਾ ਬਣਵਾਈਆ ਰਮਜ਼ੀ ਆਇਆ ਵਾ ਨਾ, ਜਿਹਨੇ ਤੇਰੀ ਜੇਬ ਕੱਟੀ ਆਈ, ਤੂੰ ਸੁੱਤਾ ਪਈ ਹੈ, 500 ਰੁਪਇਆ ਕੱਢ ਕੇ ਲੈ ਗਿਆ ਸੂ, ਲਾਹੌਰ ਵਗ ਗਿਆ ਸੂ। ਉਹ ਸ਼ੌਕੀ ਆ ਲੱਖ ਲਾਨਤ, ਮੇਰੀ ਗੱਲ ਤਾਂ ਸੁਣ, ਗੰਦੀ ਨਸਲ ਦੇ ਆ ਇਹ, ਸੁਣਦੇ ਹੀ ਨਹੀਂ ਪਏ, ਮੈਂ ਹੈਰਾਨ ਆ ਇਸ ਗੱਲ ਤੋਂ, ਮੇਰੀ ਗੱਲ ਹੀ ਨਹੀਂ ਸੁਣਦੇ ਪਏ, ਅਗਾਂਹ ਮੂੰਹ ਕੁੱਤੇ ਤਰ੍ਹਾਂ ਚਾਈ ਜਾਂਦੇ ਨੇ, ਚੱਲ ਕਿਸੇ ਹੋਰ ਦੇ ਘਰੇ ਜਾਂਦੇ। ਅਜੱਤੀ ਆ ਵੀ ਜਾ ਪਾਣੀ ਲੈ ਆ। ਹੈਲੋ ਸੌਰਾ ਸਾਹਿਬ, ਇਹਨਾਂ ਪਾਣੀ ਤੇ ਦਵਾਈ ਖਾ ਲਈ ਸੀ। ਹਾਂ ਦਵਾਈ ਖਾ ਲਈ ਸੌਰਿਆ, ਮੇਰੇ ਵਾਸਤੇ ਪਾਣੀ ਬਚਾ ਲਾ, ਸਾਰਾ ਛਿੱਕੀ ਜਾਣਾ। ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕਰ। ਆਪਣੇ ਜਵਾਈ ਮਰੇ ਨੂੰ 6 ਮਹੀਨੇ ਹੋ ਗਏ ਨੇ, ਧੀ ਆਪਣੀ ਜਵਾਨ ਹੀ ਗਈ ਹੈ, ਕੋਈ ਉਹਦੀ ਸ਼ਾਦੀ ਦੇ ਬਾਰੇ ਸੋਚ ਲੈ। ਓਏ ਜੇ ਸਬਰ ਕਰ ਲੈ, ਕੋਈ ਸੋਚਣ ਦਾ ਮੌਕਾ ਦੇ, ਕੋਈ ਚੰਗਾ ਘਰ ਲੱਭ ਗਿਆ ਤੇ ਕਰ ਲੈ ਸਮੇਂ। ਸੋਚਦੇ ਸੋਚਦੇ ਤੇਰੇ ਨਾਲ ਤੇ ਕੁੜੀ ਬੁੱਢੀ ਹੋ ਜਾਣੀ। ਵੇਪਾ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਪਈ, ਆ ਕਿ ਚੰਗਾ ਰਿਸ਼ਤਾ ਲਾਭ ਲੈਣ ਦੇ, ਮੇਰੇ ਵਿਰਾਹ ਤੋਂ ਚੰਗਾ ਰਿਸ਼ਤਾ ਕਿਹੜਾ ਹੋ ਸਕਦਾ ਹੈ? ਮੇਰਾ ਵਿਰਾਹ ਨੌਜਵਾਨ ਖੂਬਸੂਰਤ ਤੇ ਚੰਗਾ ਕਮਾਉਂਦਾ, ਤੇ ਰਿਸ਼ਤਾ ਹੁਣ ਮੇਰੇ ਵਿਰਾਹ ਨੂੰ ਦਿਓ, ਆਪਦੀ ਵਾਰੀ ਤੁਸੀਂ ਮੇਰਾ ਰਿਸ਼ਤਾ ਲੈ ਲਿਆ ਤੇ ਹੁਣ ਉਸ ਰੰਗ ਬੈਠਾ ਦਿੰਦੇ ਨਹੀਂ ਨੇ।
ਕੁੜੀ ਆਪਣੀ ਜ਼ਬਾਨ ਨੂੰ ਲਗਾਮ ਦੇ, ਤੇਰਾ ਬੜਾ ਜੂਆ ਖੇਡਦਾ ਹੈ। ਅੱਗੇ ਇੱਕ ਲਾਮ ਸੀ ਤੂੰ ਜਾਨ ਛੁੱਟੀ ਹੈ, ਹੁਣ ਦੂਏ ਦੇ ਗਲ ਪਾ ਦੇਵਾਂ। ਮਰੇ ਹੋਏ ਬੰਦੇ ਦੇ ਬਾਰੇ ਇਹੋ ਜਿਹੀ ਗੱਲ ਨਹੀਂ ਕਰੀ ਦੀ, ਉਹ ਫੇਰ ਵੀ ਆਪਣਾ ਜੁਆਈ ਹੀ ਗੱਲ ਸੀ। ਅੱਬੇ ਦੀ ਸਮਝ ਨਹੀਂ ਆਉਂਦੀ ਪਈ, ਤੂੰ ਮੇਰੇ ਵੀਰਾਂ ਨੂੰ ਕਿਹੜੇ ਦਿਨ ਵੇਖਿਆ ਵੀ ਉਹ ਜੂਆ ਖੇਡਦਾ ਹੈ, ਇਹ ਤਾਂ ਤੁਸੀਂ ਨਾ ਦੇਵਣ ਵਾਲੀ ਗੱਲ ਕਰਦੇ ਪਏ ਨੇ। ਉਹ ਕਾਕੀ ਚਾਰ ਕੁ ਦਿਨ ਸਬਰ ਕਰ ਜਾ, ਸੁਗਰੀ ਨਾਲ ਮੈਂ ਗੱਲ ਕਰਾਂਗੀ, ਉਹਦੇ ਕੋਲੋਂ ਹਾਂ ਹੋ ਗਈ ਨਾ ਤੇ ਫੇਰ ਤੇਰੇ ਭਰਾ ਨੂੰ ਹੀ ਲੈ ਲਾਂਗੇ ਅਸੀਂ। ਚਾਰ ਦਿਨਾਂ ਤੋਂ ਬਾਅਦ ਵੀ ਪੁੱਛਣਾ ਤੇ ਅੱਜ ਵੀ ਪੁੱਛਣਾ, ਤੁਸੀਂ ਹੁਣੇ ਸੁਗਰੀ ਨਾਲ ਗੱਲ ਕਰੋ, ਤੁਹਾਨੂੰ ਪੁੱਛੋ ਵੀ ਰਿਸ਼ਤਾ ਤੇਰਾ ਕਰੀਏ ਜਾਂ ਨਾ ਕਰੀਏ। ਨੀ ਕਾਕੀ ਚਾਰ ਕੁ ਦਿਨ ਸਬਰ ਕਰ ਜਾ, ਸੁਗਰੀ ਕੋਲੋਂ ਪੁੱਛ ਲੈਣੇ, ਜੇ ਉਹਨੇ ਰਿਸ਼ਤੇ ਵੱਲੋਂ ਹਾਂ ਕਰ ਦਿੱਤੀ ਤੇ ਫਿਰ ਤੇਰੇ ਭਰਾ ਨੂੰ ਹੀ ਰਿਸ਼ਤਾ ਦੇ ਦਿਆਂਗੇ ਸੁਗਰੀ ਦਾ। ਨਹੀਂ ਅੰਮਾ, ਤੂੰ ਸੁਗਰੀ ਨੂੰ ਸੱਦ ਲਿਆ, ਉਹਨੂੰ ਆਪਾਂ ਪੁੱਛ ਲੈਂਦੇ ਹਾਂ ਵੀ ਮੇਰੇ ਭਰਾ ਨਾਲ ਰਿਸ਼ਤਾ ਕਰਦੀ ਹੈ ਜਾਂ ਨਹੀਂ ਕਰਦੀ, ਪਰ ਰੋਲਾ ਮੁਕਾਈਏ। ਸਨਮ ਪੁੱਤਰ ਤੂੰ ਕਿਹੋ ਜਿਹੀਆਂ ਗੱਲਾਂ ਕਰਨੀ ਪਈਆਂ, ਹਾਲੇ ਤਾਂ ਮੇਰੀ ਧੀ ਦਾ ਜ਼ਖਮ ਹੀ ਤਾਜ਼ਾ ਹੈਗਾ, ਉਹ ਤਾਂ ਨਵਾਂ ਨਵਾਂ ਬੰਦਾ ਮਰਿਆ ਹੈਗਾ। ਤੂੰ ਕਹਿੰਦੀ ਪਈ ਉਹਦੇ ਨਾਲ ਸ਼ਾਦੀ ਦੀ ਗੱਲ ਕਰ, ਕੋਈ ਵੇਲਾ ਵਕਤ ਵੇਖ ਕੇ ਮੈਂ ਉਹਦੇ ਨਾਲ ਗੱਲ ਕਰ ਲਾਂਗੀ। ਬੰਦਾ ਮਰਨ ਵਾਲਾ ਮਰ ਗਿਆ, ਉਹ ਬੇਵਾ ਹੋ ਗਈ ਹੈ, ਤੁਸੀਂ ਗੱਲ ਨਹੀਂ ਨਾ ਕਰਨੀ, ਸੁਗਰੀ ਨੂੰ ਸੱਦ ਕੇ ਲਾਇਓ, ਮੈਂ ਆਪੇ ਗੱਲ ਕਰ ਲਈ ਸਾਂ। ਤੂੰ ਲਿੱਤਰ ਖਾਏਂਗੀ ਉਹਦੇ ਕੋਲ। ਓਏ ਉਹਦਾ ਅਗਲਾ ਜ਼ਖਮ ਭਰੀ ਗਿਆ, ਉਹ ਬੂਤਣੇ ਨਾਲ ਪਰਨਿੰਦੀ ਪਈ ਹੈ, ਤਾਂ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਪਏ ਨੇ? ਮੈਂ ਕਾਫੀ ਦੇਰ ਦਾ ਚੁੱਪ ਕਰਦੇ ਬੈਠਾ, ਤੁਹਾਡੀ ਬਕਵਾਸ ਸੁਣੀ ਜਾਂਦਾ। ਜਦੋਂ ਮੈਂ ਪਿਆਨਾ ਕਿ ਮੈਂ ਸ਼ਾਦੀ ਨਹੀਂ ਕਰਦਾ ਆਪਣੀ ਦੀਦੀ, ਮੇਰੇ ਵੱਲੋਂ ਅੱਜ ਜਵਾਬ ਨੇ ਤੇ ਕੱਲ ਜਵਾਬ। ਠੀਕ ਹੈ ਅੱਬਾ, ਕਰ ਲਓ ਉਹਨੂੰ ਖਰੇ ਬਵਾ ਕੇ ਬੁੱਢਿਆ, ਮੈਂ ਕੋਈ ਗੱਲ ਨਹੀਂ ਕਰਦੀ, ਕਰ ਲਓ ਉਹਨੂੰ ਮੇਰੇ ਸਿਰ ਤੇ ਸਵਾਰ। ਚੁੱਪ ਕਰ ਦੇ ਬਾਬ, ਸਾਰੀ ਉਮਰ ਮੁਸੀਬਤ ਜਲਦੀ ਵੱਤੇ। ਚਾਚਾ ਕੁੱਕੀ ਆਦੇ ਪੁੱਤਰ ਦੀ ਜ਼ਬਾਨ ਨੂੰ ਲਗਾਮ ਦੇ ਤਾ, ਉਹ ਨਾ ਮੈਂ ਇੱਥੇ ਸਿਰ ਪਾਰ ਛੱਡਾਂ। ਓ ਸ਼ੌਕੀ ਆ, ਆਪਣੀ ਸਵਾਣੀ ਨੇ ਸਮਝਾ ਲੈ, ਮੇਰੀ ਧੀ ਦਾ ਪਿਛਾ ਨਾ ਨਾ ਲਵੇ। ਕਿਉਂ ਨਾ ਤੇਰੀ ਧੀ ਦਾ ਨਾ ਚਾਵਾਂ, ਉਹ ਕਿਸੇ ਪੀਰ ਦੀ ਬੱਚੀ ਹੈ, ਅੱਜ ਇੱਥੇ ਫੈਸਲਾ ਹੋ ਸੀ ਇਹ ਮੇਰੇ ਵੀਰਾਂ ਨੂੰ ਰਿਸ਼ਤਾ ਦਿਓ, ਨਹੀਂ ਤਾਂ ਇਸ ਘਰ 'ਚ ਨਾ ਵੜੇ। ਤੂੰ ਸਾਡੇ ਘਰ ਦੀ ਠੇਕੇਦਾਰ ਹੈ, ਔਰ ਉਹ ਮੇਰੀ ਵੱਡੀ ਭੈਣ ਹੈ, ਉਹ ਜਮ ਜਮ ਮੈਂ ਇਸ ਘਰ 'ਚ ਰਹੇ, ਭਾਵੇਂ ਉਹ ਸਾਰੀ ਜ਼ਿੰਦਗੀ ਰਹੇ, ਤੂੰ ਉਹਨੂੰ ਕੋਈ ਗੱਲ ਨਹੀਂ ਕਰੀ, ਤੈਨੂੰ ਫੁੰਗਾ ਰਹੇ ਨਾ ਭਈਆ ਨਾ ਰਿਸ਼ਤਾ ਲੈ ਲਿਆ ਤੇ ਮੇਰੇ ਵੀਰਾਂ ਨੂੰ ਦੇਵਨ, ਤੂੰ ਜਾਣਾ ਤੇ ਬੇਸ਼ੱਕ ਵਗ ਜਾ। ਠੀਕ ਹੈ ਮੈਂ ਵਗ ਜਾਂਦੀ, ਤੁਹਾਨੂੰ ਮੇਰਾ ਸਾੜ ਹੈ ਨਾ, ਮੈਂ ਤੁਹਾਨੂੰ ਨਹੀਂ ਪੁੱਛਦੇ ਇਸ ਵੇਲੇ, ਮੈਂ ਉਹਦੀ ਵਗ ਜਾਂਦੀ। ਤੈਨੂੰ ਮੈਂ ਗੱਲ ਨਾ ਕੀ ਹੈ, ਤੈਨੂੰ ਮੈਂ ਗੱਲ ਨਾ ਮੇਰੀ ਜੁੱਤੀ ਪਈ ਆਈ, ਆ ਮੇਰਾ ਸਿਰ ਆਈ ਜੁੱਤੀਆਂ ਨਾਲ ਕੁੱਟ ਦੇ, ਆ ਮੈਂ ਕੰਨ ਫੱਤੀ ਖਲੋਤਾ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ਼ੀ ਦੇ। ਜਵਾਨ ਪੁੱਤਰ ਮਰ ਗਿਆ, ਮੈਂ ਕਿਹੜੇ ਪਾਸੇ ਜਾਵਾਂ? ਮਰ ਗਿਆ ਤੇ ਲੱਥਾ ਮਗਰੂ, ਅਹੀਂ ਕੰਮ ਕਰ, ਕਣਕ ਪੱਕੀ ਖਾ ਲੈ, ਕਿਸੇ ਦੀ ਕਣਕ ਪੁੱਛ ਲਾ, ਆਪਾਂ ਕੋ 2 ਕਿਲੇ ਕਣਕ ਤੇ ਵਾਟ ਲਈਏ, ਸਿਰ ਫਾਤ ਕੇ ਬਾਹਰ ਗਿਆ। ਜਿਹਨਾਂ ਦੇ ਜਵਾਨ ਪੁੱਤਰ ਮਰ ਜਾਂਦੇ ਨੇ ਉਹਨਾਂ ਮਾਵਾਂ ਦੇ ਤਾਂ ਕਲੇਜੇ ਪਾੜ ਜਾਂਦੇ ਨੇ, ਮੇਰੀ ਮਾਂ ਨੂੰ ਕਣਕ ਦੀ ਪਈ ਖਲੋਤੀ, ਓਏ ਅੱਬਾ ਕੀ ਤਮਾਸ਼ਾ ਬਣਾਈ ਖਲੋਤੇ ਹੀ ਨੇ, ਮੈਂ ਤੇਰੇ ਨਾਲ ਗੱਲ ਕਰਦਾ ਪਿਆ। ਹੁਣ ਕਿਹੜੀ ਸੋਚੇ ਡੁੱਬਿਆ ਬੈਠਾ, ਜਿਹੜੀ ਤੈਨੂੰ ਮੈਂ ਗੱਲ ਕੀਤੀ ਉਹਦੇ ਤੂੰ ਗੌਰ ਕੀਤਾ ਹੀ? ਮੈਂ ਕੀ ਗੌਰ ਕਰਾਂ, ਮੈਂ ਹੁਣ ਇਸ ਗੱਲੋਂ ਪਰੇਸ਼ਾਨ ਆ ਵੀ ਜਵਾਨ ਨੂੰ ਬੂਹੇ ਤੇ ਬੈਠੀ ਵੀ ਉਹਨੂੰ ਉਹਦੇ ਪੇਕਿਆਂ ਤੇ ਗਲੀਏ ਯਾਦ ਘਰੇ ਰੱਖੀਏ। ਇੱਥੇ ਉਹਦਾ ਬੰਦਾ ਜੂ ਆਇਆ ਬੈਠਾ, ਜ਼ਰੂਰ ਉਹਨੂੰ ਇਹਦੇ ਹੱਥ ਦੇ ਗਲਣਾ ਹੀ ਨੇ। ਸਾਈਂ ਟੰਡਾ ਗਿਆ ਮਾਰੋ ਉਹਨੂੰ, ਆਪਾਂ ਸੁਗਰੇ ਨੂੰ ਹੁਣ ਪੇਕਿਆਂ ਤੇ ਗਲੀਏ, ਐਵੇਂ ਆਪਣੇ ਸਿਰ ਦਾ ਬੋਝ ਬਣਿਆ ਬੈਠਾ ਹੈ। ਉਹ ਕੋਈ ਨਹੀਂ ਬੋਝ ਬਣਿਆ ਬੈਠਾ, ਆਪਾਂ ਬੁੱਧਨੇ ਨਾਲ ਉਹਦੀ ਸ਼ਾਦੀ ਕਰ ਦੇ। ਨਾ 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 ਨਾ, ਮੈਂ ਤੇ ਪੁੱਤ
ਨਾਲ ਦੀ ਸ਼ਾਦੀ ਨਹੀਂ ਕਰਦੀ, ਮੇਰਾ ਪੁੱਤਰ ਬਾਰਾ ਹੋਵੇ ਪਰਨੀ ਵਰਨੀ ਹੋਵੇ ਪਰਨੀ ਹੋਵੇ, ਮੇਰੇ ਪੁੱਤ ਤੇ ਗੱਲ ਨਹੀਂ ਕਰਦੀ। ਜਦੋਂ ਮੈਂ ਜਿੰਦਾ ਜਾਗਦਾ ਭੁਕਦਾ ਬੈਠਾ ਕੋਲ, ਮੇਰੀ ਤਾਂ ਤੁਸੀਂ ਤਵੱਜੋ ਹੀ ਨਹੀਂ ਕਰਦੇ ਪਏ ਨੇ, ਮੈਂ ਹੈਰਾਨ ਆ ਤੁਹਾਡੇ ਕੋਲ। ਅਗਰ ਸ਼ੇਰਾ ਹੁਣ ਸੋਚਣ ਦੀ ਕੋਈ ਫਾਇਦਾ ਨਹੀਂ ਤੇ ਛੋਰ ਨੂੰ ਉਹਦੇ ਪੇਕੇ ਤੇ ਟੋਰ। ਸਾਬਰਾ ਤੂੰ ਵੀ ਕੁਝ ਖਿਆਲ ਕਰ, ਉਹਨੂੰ ਆਪਾਂ ਉਹਦੇ ਪੇਕੇ ਤੇ ਗਲੀ ਵਿੱਚ ਆ, ਉਹਦਾ ਮਾਂ ਪਿਓ ਸ਼ਾਦੀ 'ਚ ਕਰ ਸੀ ਹੈਗਾ, ਉਹ ਆਪਣੀ ਇੱਜ਼ਤ ਹੈ। ਆਪਣੀ ਇੱਜ਼ਤ ਹੈ ਪਹਿਲੇ ਮੈਂ ਦੇ ਪੁੱਤਰ ਕੋਲ ਪੁੱਛ ਸਬੂਤ ਨਾ ਕੋਲੋ ਜੋ ਮੰਨ ਗਿਆ ਤੇ ਠੀਕ ਹੈ। ਚਲੋ ਪੁੱਛ ਲਾ, ਚੱਲ ਚੱਲੀਏ। ਚਲਾ ਮੈਂ ਤਾਂ ਇੰਨੀ ਸਾਰੀ ਗੱਲ ਕਰਦਾ ਸੀ ਤਾਂ ਮੈਨੂੰ ਲਿਤਲਾਂ ਦੇ ਬਟਕਾਰ ਆ ਜਾਂਦੇ ਆ, ਤੇ ਹੁਣ ਵੇਖੋ ਮੇਰੀ ਗੱਲ ਹੀ ਨਹੀਂ ਸੁਣਦੇ ਪਏ, ਕੋਈ ਇਹੀ ਮੂੰਹ ਚਾਈ ਜਾਂਦਾ, ਕੋਈ ਇਹੀ ਮੂੰਹ ਚਾਈ ਜਾਂਦਾ। ਲੱਗਦਾ ਰਮਜੀ ਤੂੰ ਵਾਕਿਆ ਮਰ ਗਿਆ, ਤੇਰੀ ਰੂਹ ਇੱਥੇ ਲੱਗੀ ਬੰਦੀ ਹੈ ਜਿਹੜਾ ਤੇਰੇ ਤੇ ਗੌਰ ਨਹੀਂ ਕਰਦੇ ਪਏ। ਨਹੀਂ ਚੀਮੇ ਦੇ ਤੁਸੀਂ ਪੈਸੇ ਦੇਣੇ ਨੇ, ਉਹ ਤੈਨੂੰ ਜ਼ਰੂਰ ਸਿਆਣ ਸੀ, ਉਹ ਤੈਨੂੰ ਸਾਬਤ ਕਰਦੇ ਸੀ ਤੂੰ ਮਰਿਆ ਜਾਂ ਜਿੰਦਾ, ਚੱਲ ਚੀਮੇ ਦੇ ਕੋਲ ਕਿਉਂਕਿ ਤੂੰ ਉਹਦੇ ਪੈਸੇ ਦੇਣੇ। ਜਰਾ ਵੇਖ ਕੰਨੀ ਗੁਮਾ ਕੇ ਤੇਰਾ ਬਣਵਾਈਆ ਆਇਆ ਖੜਤਾ ਜਿੰਨੇ ਤੇਰੇ ਪੈਸੇ ਦੇਣੇ ਨੇ। ਜੱਗਾ ਸਾਹਿਬ ਹਾਂਜੀ, ਆਪਾਂ ਅੱਜ ਰਮਜੀ ਦੇ ਘਰ ਨਾਲ ਅਫਸੋਸ ਕਰਨ ਨਹੀਂ ਜਾਣਾ, ਕਲਾਮ ਹੀ ਬਸ਼ਕਣੀ ਤੇ ਜਿਹੜੇ ਉਹਦੇ ਕੋਲੋਂ ਪੈਸੇ ਲੈਣੇ ਆਣ ਉਹਨੂੰ ਮੈਂ ਖੁਦਾ ਵਾਸਤੇ ਬਸ਼ਕ ਦੇਣੇ, ਉਹਦੀ ਕਬਰ ਤੋਂ ਜਿਹੜਾ ਬਾਹਰ ਆ ਨਾ ਉਹ ਚ ਵੀ। ਹਾਂ ਹਾਂ ਸਹੀ ਗੱਲ, ਟਾਲ ਜਾਵੇ ਅਗਾ ਤਾਂ ਆਸਾਨ ਹੋ ਜਾਵੇ। ਮੈਂ ਤਾਂ ਕੁੱਟੀਆਂ ਕੁੱਟੀਆਂ ਉੱਠੀ, ਮੇਰੀ ਗੱਲ ਸੁਣ, ਮੇਰੇ ਗ੍ਰਹਿਬਾਨ ਚੱਕ ਕਰ ਦੇ ਪੈਸੇ ਆਦੇ ਵਸੂਲ ਕਰ। ਇਹ ਤਾਂ ਆਪਾਂ ਨੇਕੀ ਕਰਨੀ, ਨੇਕੀ ਕਿਉਂ ਨਹੀਂ ਕਰਨੀ, ਨੇਕੀ ਤਾਂ ਕਰਨੀ ਕਰਨੀ ਹੈ। ਮੈਂ ਤਾਂ ਪੱਖਾ ਨੂੰ ਉੱਥੇ ਲਾ ਦੇਵਾਂ ਤਾਂ ਉਡਾ ਦੇਈਏ, ਤੈਨੂੰ ਨਹੀਂ ਵੇਖਿਆ ਨਾ ਤੇਰੀ ਗੱਲ ਸੁਣੀ, ਤੂੰ ਮਰ ਗਿਆ। ਜੇ ਮੈਂ ਮਰਾਂ ਹਾਂ ਤੇ ਹਿਸਾਬ ਕਿਤਾਬ ਵਾਲੇ ਫਰਿਸ਼ਤੇ ਆਵਣਾ, ਮੈਨੂੰ ਉਠਾਵਣਾ, ਹਿਸਾਬ ਕਿਤਾਬ ਲੈਣਾ, ਮੈਂ ਤਾਂ ਬੜਿਆਂ ਲੋਕਾਂ ਦੇ ਪੈਸੇ ਦੇਣੇ ਆ। ਨਹੀਂ ਨਾਲੇ ਮੈਂ ਚੈੱਕ ਕਰਨਾ ਬਿਜਲੀ ਨੂੰ, ਹੱਥ ਲਾਣਾ ਫਿਰ ਚੈੱਕ ਹੋਏਗਾ, ਮੈਨੂੰ ਜੇ ਬਿਜਲੀ ਪਾਉਂਦੀ ਹੋਈ ਤਾਂ ਮੁੜ ਮੈਂ ਜਿੰਦਾ ਹਾਂ, ਜੇ ਨਾ ਬਿਜਲੀ ਪਾਉਂਦੀ ਹੋਈ ਤਾਂ ਮੁੜ ਮੈਂ ਮਰਿਆ ਹੋਇਆ। ਲਓ ਜੀ ਗਰਮੀ ਆ ਗਈ ਹੈ, ਸਾਡੇ ਮੁਲਕ 'ਚ ਹੁਣ ਬੱਤੀ ਨਹੀਂ ਲੱਭਣੀ, ਮੁਰਦਾ ਚੈੱਕ ਕਰਨ ਵਾਸਤੇ ਵੀ ਬੱਤੀ ਕੋਈ ਨਹੀਂ ਲੱਭਣੀ। ਉਹ ਰਮਜੀ ਜਿਵੇਂ ਤੂੰ ਮਰ ਗਿਆ ਹੈ ਨਾ, ਤੇਰੇ ਕੋਲ ਮੌਕਾ ਹੈ, ਤੂੰ ਕਿਸੇ ਨੂੰ ਨਿਗ੍ਹਾ ਨਹੀਂ ਆਉਂਦਾ, ਤੂੰ ਲੋਕਾਂ ਦੇ ਘਰਾਂ ਦੀ ਸਫਾਈ ਕਰ ਦੇਵੇਂ। ਸਫਾਈ ਕਰਨ ਦਾ ਵੀ ਕੀ ਫਾਇਦਾ, ਤੇਰੇ ਕੋਲ ਅਗਾ ਮਾਲ ਕਿਸੇ ਲੈਣਾ ਹੀ ਨਹੀਂ, ਜਿਵੇਂ ਗੁਜ਼ਰਦੀ ਗੁਜ਼ਾਰੀ ਜਾਂਦੇ ਆ। ਸੱਟ ਤਾਂ ਲੱਗਦੀ ਹੈ ਮੈਨੂੰ ਯਾਰ, ਮਰੇ ਹੋਏ ਬੰਦੇ ਨੂੰ ਸੱਟ ਲੱਗਦੀ ਉਸ, ਤਾਂ ਹੀ ਤਾਂ ਫਰਿਸ਼ਤੇ ਅਜ਼ਾਬ ਦਿੰਦੇ ਨੇ। ਆ ਸੁਗਰੀ ਆਉਂਦੀ ਪਈ, ਇਹ ਤੱਤੇ ਦੁਪਾਰੇ ਕਿਤੇ ਮੂੰਹ ਚਾਈ ਜਾਂਦੀ, ਇਹਦੀ ਤਾਂ ਸੁਰ ਕਰਾਂ। ਆ ਸੁਗਰੀ ਆ, ਤੇਰਾ ਪੰਨਾ ਚਵੇਂ ਕਿਤੇ ਵਗੀ ਜਾਂਦੀ ਹੈ, ਮੈਂ ਆ ਖਲੋਤਾ ਹੋਇਆ ਮੂੰਹ ਚਾ ਕੇ ਅਗਾਂਹ ਟੁਰੀ ਜਾਂਦੀ। ਥੱਲੇ ਖਾ ਕੇ ਸਿੱਧੀ ਹੋਈ ਹੈ, ਉਹ ਜੇ ਪਹਿਲੇ ਸਿੱਧੀ ਹੋ ਜਾਵੇ ਤਾਂ ਕਿਹੜੀ ਗੱਲ ਆਈ। ਹੁਣ ਤੂੰ ਕੀ ਚਾਹਨਾ ਬਈ, ਮੋੜ ਆਪਣੀ ਲੜਾਈ ਪਵੇ, ਆਪਾਂ ਵੇਖ ਲੈ ਮੋੜ ਮੈਨੂੰ ਛੇੜਦਾ ਪਿਆ। ਉਹ ਸਕੂਨ ਨਾ ਬਹਿ ਜਾਓ, ਇੱਕੋ ਸਾਨੂੰ ਸਕੂਨ ਦੀ ਜ਼ਿੰਦਗੀ ਗੁਜ਼ਾਰਨ ਦਿਓ। ਗੁਜ਼ਾਰੋ ਗੁਜ਼ਾਰੋ ਸਕੂਨ। ਅੱਬਾ
ਕੀ ਹਾਲ ਨੇ? ਠੀਕ ਠਾਕ ਮੇਰਾ ਪੁੱਤਰ। ਅਮਨ ਕੀ ਹੋਇਆ? ਕੁਝ ਨਹੀਂ ਹੋਇਆ, ਉਵੇਂ ਸੁੱਤੀ ਪਈ ਤੇ ਤੂੰ ਕਿਵੇਂ ਆ ਗਈ ਦੁਪਹਿਰ ਨਾਲ? ਮੈਂ ਤੇ ਮਾਂ ਪਿਓ ਨੂੰ ਲਵਣ ਆਈ ਆ, ਮੇਰੇ ਸਾਏ ਦਾ ਅੱਜ ਮਰਾਤ ਹੈ ਤੇ ਖਤਮ ਦਿਵਾਣਾ ਹੈ ਅਗਰ ਸਾਰੇ ਉੱਥੇ ਇਕੱਠੇ ਹੋਏ ਬੈਠੇ ਮੌਲਵੀ ਨੂੰ ਸੱਦਣ ਆ ਲੈਣ। ਉਹ ਮੇਰੀ ਭੈਣ, ਉਹਦੇ ਖਤਮ ਦਿਵਾਵਾਂ ਦੀ ਕਿਹੜੀ ਲੋੜ ਹੈ? ਉਹ ਉਸ ਕੋ ਦੁਨੀਆ ਤੇ ਚੰਗਾ ਕੰਮ ਕੀਤਾ ਹੈ, ਉੱਥੇ ਦੋ ਸਕੇ ਕਿਉਂ ਨੂੰ ਫਰਿਸ਼ਤੇ ਗਸੂਨਾ ਮਾਰਦੇ ਬੰਦੇ ਉਸ। ਇਹ ਤੁਹਾਡੀਆਂ ਸੋਚਾਂ ਹਨ ਕਿ ਦੋ ਸਕੇ ਚ ਫਰਿਸ਼ਤੇ ਦੋ ਕੇ ਮਾਰਦੇ ਬੰਦੇ ਉਸ ਤੇ ਗਸੂਨਾ। ਔਰ ਅੱਲਾ ਬੜਾ ਗਫੂਰ ਰਹੀਮ ਹੈ, ਉਹਨੇ ਹਾਲੇ ਤਾਈਂ ਮੈਨੂੰ ਦੋ ਤੱਕ ਦਾ ਮੂੰਹ ਨਹੀਂ ਵਿਖਾਇਆ, ਮੈਂ ਆਜ਼ਾਦ ਫਿਰਨਾ। ਮੇਰਾ ਭਰਾ, ਮੈਂ ਤੁਹਾਡੇ ਭੂਏ ਤੇ ਆ ਜਾਵਾਂ ਨਾ ਤੇ ਮੇਰੇ ਸਾਈਂ ਦੇ ਬਾਰੇ ਕੋਈ ਗੱਲ ਨਾ ਕੀਤੀ ਕਰੋ, ਭਾਵੇਂ ਜਿਵੇਂ ਦਾ ਹੈਗਾ ਆ ਮੇਰਾ ਸਾਈਂ ਤੇ ਹੈਗਾ ਆ ਨਾ। ਪੁੱਤਰ ਤੂੰ ਚੁੱਪ ਕਰ, ਇਹਨਾਂ ਦੀ ਤਾਂ ਬਕਵਾਸ ਵੈਸੇ ਹੀ ਚੱਲਦੀ ਰਹਿੰਦੀ, ਆਦਤ ਹੀ ਗਈ ਇਹਨਾਂ ਨੂੰ ਮੂੰਹ ਮਾਰਨ ਦੀ, ਅਸੀਂ ਤੇਰੇ ਨਾਲ ਚੱਲਨੇ ਆ। ਮੈਂ ਤਾਂ ਵੈਸੇ ਗੱਲ ਹੀ ਕੀਤੀ ਆ, ਚਲੋ ਮੁੜ ਇਹਨਾਂ ਦੀ ਗੱਲ ਨਾ ਕੀਤੀਆਂ ਕਰੋ, ਇਹ ਦੁਆ ਮੰਗੀ ਕਰੋ ਕਿ ਅੱਲਾ ਉਹਨੂੰ ਜੰਨਤ ਵਿੱਚ ਜਗ੍ਹਾ ਦੇਵੇ। ਜਿੰਦੇ ਨੂੰ ਤਾਂ ਸਾਰੀ ਜ਼ਿੰਦਗੀ ਬਿਕਰ ਤੇ ਰੱਖ ਕੇ ਰੋਟੀ ਦਿੱਤੀ ਹੈ, ਅੱਜ ਮਰ ਗਿਆ ਹਾਂ ਤੇ ਹੁਣ ਖਤਮ ਦੀ ਬੈਂਦੀ ਬੈਂਦੀ ਹੈ ਰੋ ਰੋ ਕੇ। ਇਹਨਾਂ ਮੌਲਵੀਆਂ ਹੀ ਖਾਣਾ, ਮੇਰੇ ਤਾਂ ਪਤਾ ਨਹੀਂ ਅਪੜਨਾ ਕਿ ਨਹੀਂ ਅਪੜਨਾ। ਚੱਲ ਦਿਲਾ ਤੂੰ ਵੀ ਚੱਲ ਕੇ ਆ ਦੇ, ਖਤਮ ਵਿੱਚ ਸ਼ਾਮਿਲ ਹੋ ਤੇ ਨਾਲੇ ਵੇਖ ਕਈ ਕਈ ਸ਼ਾਹ ਬਣਾ ਕੇ ਉਹਦੇ ਉੱਤੇ ਖਤਮ ਸ਼ਰੀਫ ਪੜ ਕੇ ਹਟ ਕੇ ਆਪ ਖਾਂਦੇ। ਹਲਵਾ, ਬਦਾਮਾਂ ਵਾਲਾ ਹਲਵਾ, ਸੇਬ ਕੱਟੇ ਪਏ ਨੀ। ਉਹ ਮੈਂ ਜਿੰਦਾ ਜਦੋਂ ਹੱਸੂ, ਮੈਨੂੰ ਸੇਬਾਂ ਨੂੰ ਹੱਥ ਨੀ ਲਾਉਣ ਦਿੰਦੇ, ਲਿੱਤਰ ਮਾਰਦੇ ਹਨ। ਹੁਣ ਜੇ ਮਰ ਗਏ ਹਾਂ ਹਲਵੇ ਤੇ ਫਰੂਟ ਪਏ ਕੱਟੀ ਦਿੰਦੇ, ਆਪੋ ਖਾਵਣੇ ਨੇ, ਖਾਓ ਖਾਓ। ਚਾਚਾ ਅੱਲਾ ਦਾ ਫਰਮ ਮੰਨਿਆ ਪੁੱਤਰ, ਚਾਚਾ ਫਲਾ ਕੇ ਅੱਲਾ ਦਾ ਹੁਕਮ ਮੰਨਿਆ ਹੈ। ਚਾਚਾ ਮੈਂ ਲੈਣੇ ਆ ਰਮਜੀਤ ਪੈਸੇ, ਮੇਰੇ ਨਾਲ ਉਹਨੇ ਬੜਾ ਫਰਾਡ ਕੀਤੇ ਨੇ, ਮੈਂ ਉਹਨੂੰ ਐਸ ਔਰ ਜਾਨ ਬਸ਼ਕ ਦਿੱਤੇ ਨੇ, ਉਹਦੇ ਕਬਰ ਤੇ ਜਿਹੜਾ ਬਾਰਾ ਆਈ ਨਾ ਉਹ ਮੇਰਾ ਖਤਮ ਹੋ ਗਿਆ। ਤੂੰ ਪਹਿਲਾ ਇਨਸਾਨ ਜਿਹੜਾ ਅੱਛਾ ਇਨਸਾਨ ਮੈਨੂੰ ਲੱਗਿਆ, ਬਾਕੀ ਸਾਰੇ ਆ ਮੇਰੇ ਜਿਹੜੇ ਘਰ ਦੇ, ਇਹ ਤਾਂ ਡਰਾਮੇ ਕੀ ਰਹਿ। ਮੇਰਾ ਪੁੱਤਰ ਤੂੰ ਇਹ ਬੜਾ ਚੰਗਾ ਕੀਤਾ ਹੈ, ਉਹ ਇਸ ਲਾਇਕ ਹਾਂ ਤਾਂ ਨਹੀਂ, ਬਹਰਹਾਲ ਤੂੰ ਇਨਸਾਨੀਅਤ ਦਾ ਹੱਕ ਅਦਾ ਕਰ ਦਿੱਤਾ। ਚਾਚਾ ਫਲਕ ਸ਼ੇਰ, ਇੱਕ ਫੈਸਲਾ ਮੇਰਾ ਵੀ ਹੈ, ਉਹ ਵੀ ਮੁਕਾ ਚਾ। ਮੈਂ ਆਪਦੇ ਵਿਰਾਹ ਵਾਸਤੇ ਸੁਗਰੀ ਦਾ ਰਿਸ਼ਤਾ ਮੰਗਦੀ ਪਈ ਹਾਂ ਤੇ ਜਿਹੜੇ ਮੇਰੇ ਸਾਹਵਰੇ ਹਨ ਨਾ ਉਹ ਸੁਗਰੀ ਦਾ ਰਿਸ਼ਤਾ ਮੇਰੇ ਵਿਰਾਹ ਨੂੰ ਨਹੀਂ ਦਿੰਦੇ ਪਏ, ਇਹਨਾਂ ਨੂੰ ਆਖੋ ਤਾਂ ਦੇ ਦੇਵੇ। ਹੋਰ ਸੱਚੀ ਹੈ ਕਿ ਫਲਕ ਸ਼ੇਰ ਦਿਵਾ ਚ ਰਿਸ਼ਤਾ ਇਹਦੇ ਵਿਰਾਹ ਨੂੰ? ਜਵਾਨ ਜਾਣੇ ਕਰਨਾ ਤਾਂ ਹੈ ਆਖਰ ਕਿਦਾਈ। ਸ਼ਰਮੀ ਆ, ਮੈਨੂੰ ਲੱਗਦਾ ਤੈਨੂੰ ਅਗਲੀਆਂ ਲੱਗੀਆਂ ਭੁੱਲ ਗਈਆਂ ਨੇ। ਓਏ ਇੱਥੇ ਹੋ, ਜੁਮੇ ਰਾਤ ਦਾ ਖਤਮ ਦਿਵਾਈਂਦੇ ਪੈਂਦੇ, ਤੈਨੂੰ ਮੈਂ ਆਪਦੀ ਭੈਣ ਦਾ ਡੋਲਾ ਕੱਢ ਕੇ ਦੇਵਾਂ ਚਾ। ਅੰਮਾ, ਹਾਲੇ ਤਾਂ ਮੇਰੇ ਸਾਈਂ ਦਾ ਕਫਨ ਹੀ ਨਹੀਂ ਮੈਲਾ ਹੋਇਆ ਹੈਗਾ ਤੇ ਮੇਰੇ ਭਰਜਾਈ ਪਹਿਲੇ ਸ਼ਾਦੀ ਦੀ ਗੱਲਾਂ ਕਰਨ ਲੱਗ ਗਈਆਂ। ਬੜੀ ਤੂੰ ਗੱਲੀ ਹੈ ਬਈ, ਹੁਣ ਰੋ ਰੋ ਕੇ ਡੀਪ ਕੱਢ ਕੇ ਆਉਂਦੀ ਪਈ ਹੈ, ਮੇਰੇ ਸਾਈਂ ਦਾ ਕਫਨ ਮੈਲਾ ਨਹੀਂ ਹੋਇਆ ਤੇ ਜਿਸ ਤਰ੍ਹਾਂ ਆਪ ਬੂਤਲੇ ਨਾਲ ਤੇ ਸਾਈਆਂ ਮੁਕੈਂਦੀ ਪਈ ਹੈ। ਯੋ, ਇਹ ਤਾਂ ਸ਼ੁਕਰ ਕਰੇ ਮੈਂ ਮਰਿਆ ਹੋਇਆ, ਜੇ ਮੈਂ ਜਿੰਦਾ ਹੁੰਦਾ ਤੇ ਮੈਂ ਤੇਂਦੀਆਂ ਪਸਲੀਆਂ ਸੇਕ ਦੇਵਾਂ। ਸਨਮ ਮੇਰੇ ਦੀ, ਗੁੱਸਾ ਨਾ ਕਰੀ, ਇਹ ਹੱਕ ਬਣਦਾ ਪਹਿਲਾਂ ਸਾਡਾ। ਮੈਂ ਆਪਦੇ ਪੁੱਤਰ ਨੂੰ ਪੁੱਛ ਲੈਂਦਾ, ਅਗਰ ਇਹ ਹਾਂ ਕਰ ਗਿਆ ਵੀ ਸੁਗਰੀ ਨਾਲ ਸ਼ਾਦੀ ਕਰਨਾ ਤੇ ਫਿਰ ਅਸੀਂ ਇਹ ਘਰੇ ਰਿਸ਼ਤਾ ਰੱਖਾਂਗੇ, ਅਗਰ ਇਹ ਹਾਂ ਨਾ ਕੀਤੀ ਤੇ ਮੁੜ ਤੁਸੀਂ ਲੈ ਜਾਵਿਆ। ਹਾਂ ਤੇ ਚਾਚਾ ਪੁੱਛ ਲਾ ਦੇ ਪੁੱਤਰ ਨੂੰ, ਤੇਰਾ ਪੁੱਤਰ ਮੰਨਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਹਾਂ ਮੈਂ ਬੂਤਨਿਆ, ਤੂੰ ਰਾਜ਼ੀ ਆ ਵੀ ਸੁਗਰੀ ਨਾਲ ਤੇਰੀ ਸ਼ਾਦੀ ਕਰ ਦੇਵਾਂ? ਹਾਂ ਅੱਬਾ, ਮੈਂ ਰਾਜ਼ੀ ਹਾਂ, ਮੈਂ ਇਹ ਸੁਚੇਨਾ ਘਰ ਦੀ ਇੱਜ਼ਤ ਤੇ ਘਰ ਚ ਹੀ ਰਹਿ ਜਾਵੇ, ਤੁਸੀਂ ਮੇਰੀ ਕਰੋ ਸ਼ਾਦੀ ਸੁਗਰੀ ਨਾਲ। ਸ਼ਾਬਾਸ਼ ਮੇਰੇ ਪੁੱਤਰ। ਇਸ ਰਾਮਦੇ ਦੀ ਭੈਣ ਦੇ ਤੂੰ ਗੰਦੀ ਨਜ਼ਰ ਆਈ, ਪਰ ਇਹਦਾ ਵਸ ਨਹੀਂ ਚੱਲਦਾ ਕਿਉਂਕਿ ਮੈਂ ਉਸਲ ਜਿੰਦਾ। ਚੱਲ ਓਏ ਰਮਜੀ, ਇਹ ਬਗੈਰਤੀ ਦਾ ਪਾਠ ਤੂੰ ਤਾਂ ਨਾ ਵੇਖ, ਤੂੰ ਤਾਂ ਇੱਥੋਂ ਬਾਹਰ ਨਿਕਲ ਜਾ।
ਤੇਰਾ ਹੁਣ ਇੱਥੇ ਬਹਾਣਾ ਬਣਦਾ ਹੀ ਨਹੀਂ। ਜਾ ਕਬਰਸਤਾਨ 'ਚ ਕਿਤੇ ਡੇਰੇ ਲਾ ਕਬਰਾਂ 'ਤੇ, ਹੋ ਸਕਦਾ ਤੇਰਾ ਉੱਥੇ ਕਬਰ ਦਾ ਦਰਵਾਜ਼ਾ ਖੁੱਲ ਜਾਵੇ ਕੋਈ, ਅੱਲਾ ਤੇਰੇ ਵਾਸਤੇ ਜੰਨਤ ਦਾ ਦਰਵਾਜ਼ਾ ਖੁੱਲ। ਇਹ ਤਾਂ ਨਵਾਂ ਖੋਤੇ ਰਮਜੀ, ਤੂੰ ਤਾਂ ਚੱਲ। ਅੱਬਾ ਫਰੂਟ ਵੰਡਾ। ਹਾਂ ਪੁੱਤਰ ਵੰਡ। ਹੁਣ ਵੇਖ ਫਰੂਟ ਖਾਂਦੇ ਪਏ ਤੇ ਹਲਵੇ ਖਾਂਦੇ ਪਏ, ਮੇਰੇ ਨਾਂ ਤੇ ਹਲਵੇ ਖਾਂਦੇ ਪਏ। ਹਾਲਾਂਕਿ ਭੁੱਖ ਤਾਂ ਮੈਨੂੰ ਲੱਗੀ ਖੋਤੀ ਹੈ, ਮੇਰੇ ਡੇਢ ਤਾਂ ਆਪਣੇ ਨਹੀਂ। ਹਾਂ ਹਾਏ ਵੇ ਰਮਜੀ, ਵੇ ਤੂੰ ਕਿਦੇ ਵਗ ਗਿਆ ਪਿੰਡ ਛੱਡ ਕੇ। ਮੈਂ ਤੈਨੂੰ ਨਿੱਘੇ ਆਉਂਦਾ ਪਿਆ। ਹਾਂ ਮੈਨੂੰ ਨਿੱਘੇ ਆਉਂਦਾ ਪਿਆ ਰਮਜੀ। ਓਏ ਮੁਸਕਾਨ, ਓਏ ਮੈਨੂੰ ਲੱਗਦਾ ਤੂੰ ਵੀ ਫੌਤ ਹੋ ਗਿਆ, ਤਾਂ ਤੂੰ ਮੈਨੂੰ ਵੇਖਦਾ ਪਿਆ, ਮੈਂ ਤੈਨੂੰ ਵੇਖਦਾ ਪਿਆ। ਵੇ ਰਮਜੀ ਤੈਨੂੰ ਕੀ ਹੋ ਗਿਆ, ਮੈਂ ਜਿੰਦਾ ਜਾਗਦਾ ਤੇਰੇ ਸਾਹਮਣੇ ਖਲੋਤਾ, ਹੁਣ ਘਰੋਂ ਰੋਟੀ ਖਾ ਕੇ ਬਾਹਰ ਨਿਕਲਿਆ। ਤੂੰ ਘਰੋਂ ਰੋਟੀ ਖਾ ਕੇ ਨਿਕਲਿਆ ਤੇ ਮੈਂ ਘਰ ਦੇ ਵਿੱਚ ਆਦਾ ਖਤਮ ਪੜਿੰਦਾ ਹੋਇਆ ਵੇਖ ਕੇ ਨਿਕਲਿਆ। ਮੈਨੂੰ ਤਾਂ ਲੱਗਦਾ ਉਹਨਾਂ ਦੀ ਅਕਲ ਮਰ ਗਈ ਹੈ, ਜਿਹੜਾ ਜਿੰਦੇ ਬੰਦੇ ਦਾ ਖਤਮ ਦਵਾਈ ਜਾਂਦੇ ਨੇ। ਮੁਸਕਾਨੀ ਆ, ਮੇਰੇ ਮੂੰਹ ਤੇ ਇੱਕ ਝਾੜ ਮਾਰ। ਐਨੀ ਜ਼ੋਰ ਦੀ ਮਾਰ ਦਿੱਤੀ ਆਈ ਹੁਣ ਖੋਤੇ ਦੇ ਬੱਚੇ ਆ, ਤੂੰ ਜਿੰਦਾ ਹੈਗਾ ਤੇ ਮੈਨੂੰ ਲੱਤਾਂ ਮਾਰੀ ਜਾਂਦਾ ਹੈ। ਮੈਂ ਜਿੰਦਾ, ਉੱਠ ਕੇ ਖਲੋ, ਚੱਲ ਮੇਰੇ ਘਰਦਿਆਂ ਦੀ ਅੱਖੀ ਖੋਲ, ਉਹਨਾਂ ਨੂੰ ਵਿਖਾ ਕਿਆ ਜਿੰਦਾ ਜਾਗਦਾ ਤੁਹਾਡੇ ਕੋਲ ਆਇਆ ਖਲੋਤਾ। ਚੋਰ ਚਾਚਾ ਫਲਕ ਸ਼ੇਰ ਇੱਥੇ ਬੈਠਾ ਰਮਜ਼ੀ ਆਖਦਾ ਪਿਆ ਮੇਰੇ ਕੋਲ ਬੇਗੈਰਤੀ ਦਾ ਪਾਠ ਨਹੀਂ ਵੇਖਿਆ ਜਾਂਦਾ ਪਿਆ ਹੈਗਾ, ਬੜਾ ਇੱਜ਼ਤਦਾਰ ਬਣਿਆ ਬੈਠਾ ਆ। ਕੋਈ ਗੱਲ ਨਹੀਂ, ਤੁਸੀਂ ਉਹਨੇ ਇਸ ਗੱਲ ਤੇ ਇੱਕ ਵਾਰੀ ਪੱਕੇ ਰਹਿਣਾ, ਆਪਾਂ ਉਹਨੂੰ ਚੰਗੀ ਤਰ੍ਹਾਂ ਨਸੀਹਤ ਦੇ ਲਈਏ, ਉਹਦਾ ਹੋਸ਼ ਟਿਕਾਣੇ ਆ ਲਵੇ। ਚੁੱਪ ਕਰੋ ਨਾ, ਖੁਸਣ ਵਾਲ ਕੇ ਆਇਆ ਖਲਾ ਨੇ। ਅਈ ਲੋਖਾ ਬਾਂਡਾ ਫੁੱਟ ਗਿਆ ਆਪਣਾ। ਹਾਂ ਪਤਾ ਚੱਲ ਗਿਆ। ਹਾਂ ਲਗਾ ਟੋਰ ਰੇਟ ਜਾਣਾ ਹੁਣ ਥੋੜਾ ਜਿਹਾ ਤੇਜ਼ ਟੋਰ, ਮੈਂ ਜਲਦੀ ਜਿੰਦਾ ਸਾਬਤ ਹੋਣਾ। ਬਗੈਰਤੀ ਕੀਤੀ ਆ ਤੇ ਮੈਂ ਮਾਫ਼ੀ ਵੀ ਤਾਂ ਮੰਗਣ ਆਇਆ ਖਲੋਤਾ ਸੂ, ਉੱਥੇ ਮੈਂ ਡਿੱਗਾ ਪਿਆ ਬੂਹੇ ਦੇ ਵਿੱਚ ਤੇ ਮੈਨੂੰ ਕਿਸੇ ਚਾਹਿਆ ਵੀ ਨਹੀਂ ਹੈ। ਜਦੋਂ ਤੂੰ ਡਿੱਗਾ ਨਾ ਉੱਥੇ ਮੈਂ ਤੈਨੂੰ ਵੇਖ ਲਿਆ, ਜੇ ਤੈਨੂੰ ਸੂ ਉਠਾ ਲੈਂਦੇ ਤਾਂ ਤੈਨੂੰ ਨਸੀਹਤ ਕਿਵੇਂ ਦੇਵ ਗਿਆ। ਉਹ ਕਿਹੜੀ ਨਸੀਹਤ ਆ? ਨਸੀਹਤ ਤੈਨੂੰ ਇਹ ਦਿੱਤੀ ਹੈ ਕਿ ਸਾਰੇ ਪਿੰਡ ਵਾਲੇ ਰਲ ਕੇ ਤੈਨੂੰ ਉੱਲੂ ਬਣਾ ਛੱਡਿਆ ਹੈ। ਉੱਲੂ ਬਣਾ ਦਿੱਤਾ, ਖਤ ਜਾਈ ਨਹੀਂ ਤਾਂ। ਓਏ ਅੱਬਾ ਇਹ ਤਾਂ ਚਬਲ ਹੈ, ਤੂੰ ਤਾਂ ਸਮਝਦਾਰ ਬੰਦਾ, ਮੇਰੇ ਜਿੰਦੇ ਦਾ ਖਤਮ ਦਿਵਾਉਣ ਦਾ ਬਤਿਆ। ਪਰ ਜਿਹੜੇ ਬੰਦੇ ਦਾ ਜ਼ਮੀਰ ਮਾਰ ਜਾਵੇ ਨਾ, ਉਹਨੂੰ ਸਮਝੋ ਕਿ ਉਹ ਮਰਿਆ ਹੋਇਆ ਹੀ ਹੈ। ایسی مزید فنی ویڈیوز دیکھنے کے لیے ہمارے چینل رچناوی ٹی وی کو سبسکرائب کریں۔